ਪੂਰੇ ਜਗ ਵਿੱਚ ਵਾਸਤੇ ਪੰਜਾਬੀ ਪਿਆਰਿਓ ਅਸਲਾਮ ਅਲੈਕਮ ਅੱਜ ਅਸੀਂ ਤੁਹਾਡੇ ਨਾਲ ਅਠਵਾਲ ਜੱਟ ਕਬੀਲੇ ਦੇ ਬਾਰੇ ਜਾਣਕਾਰੀ ਕਰ ਰਹੇ ਹਾਂ ਲੇਕਿਨ ਇਸ ਤੋਂ ਪਹਿਲਾਂ ਕਿ ਜੇ ਤੁਸੀਂ ਇਸ ਚੈਨਲ ਨੂੰ ਹਾਲੀ ਸਬਸਕ੍ਰਾਈਬ ਨਹੀਂ ਕੀਤਾ ਬਾਬਾ ਬਾਜਵਾ ਨੂੰ ਤੇ ਉਹ ਜ਼ਰੂਰ ਕਰ ਦਿਓ ਔਰ ਬੈਲ ਆਈਕਨ ਤੇ ਕਲਿੱਕ ਕਰ ਦਿਆ ਕਰੋ ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਹੈ ਤੁਹਾਡੇ ਤੱਕ ਆ ਜਾਵੇ ਔਰ ਵੀਡੀਓ ਚੰਗੀ ਲੱਗੇ ਤੇ ਉਹਨੂੰ ਲਾਈਕ ਵੀ ਜ਼ਰੂਰ ਕਰੋ ਹੋਰ ਦੋਸਤਾਂ ਨਾਲ ਸ਼ੇਅਰ ਵੀ ਉਹਨੂੰ ਜ਼ਰੂਰ ਕਰੋ ਜੱਟਾਂ ਦਾ ਜਿਹੜਾ ਇਸ ਕਬੀਲੇ ਨੂੰ ਕਿਤੇ ਇਠਵਾਲ ਆਖਿਆ ਗਿਆ ਕਿਤੇ ਉਠਵਾਲ ਆਖਿਆ ਗਿਆ ਕਿਤੇ ਓਠਵਾਲ ਆਖਿਆ ਗਿਆ ਅਤੇ ਕਿਤੇ ਊਠਵਾਲ ਆਖਿਆ ਗਿਆ ਔਰ ਇੱਕ ਤੱਕ ਤਜ਼ਕਿਰੇ ਦੇ ਵਿੱਚ ਮੈਂ ਆਤਵਾਲ ਵੀ ਪੜਿਆ ਇਸ ਕਬੀਲੇ ਦੀ ਤਰੋਂ ਜਿਹੜੀ ਊਠ ਨਾਲ ਸੰਜਾਨ ਦਸੀ ਗਈ ਹੈ ਇਸ ਕਬੀਲੇ ਨੂੰ ਕਿਤੇ ਓਠੀ ਵੀ ਆਖਿਆ ਗਿਆ ਤੇ ਕਿਤੇ ਓਠਾ ਵੀ ਆਖਿਆ ਗਿਆ ਹੋਰ ਤੇ ਹੋਰ ਗਲਾਸਰੀਆ ਟ్రਾਈਬਸ ਐਂਡ ਕਾਸਟਸ ਵਿੱਚ ਤਿੰਨ ਥਾਵਾਂ ਤੇ ਵੱਖ-ਵੱਖ ਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਇਹ سلسلے ਵਿੱਚ ਹੋਰ ਤਾਰੀਖੀ ਤਜ਼ਕਰੀਆਂ ਵਾਲCHEAT ਪਾਈ ਤੇ ਅਠਵਾਲ ਊਠਵਾਲ ਦੇ ਮੈਣੇ ਊਠਵਾਲਾ ਦੇਹੀ ਬਣਦੇ ਨੇ ਆਖਿਰ ਤੇ ਜਾ ਕੇ ਅਸੀਂ ਦੱਸਾਂਗੇ ਪਈ ਅਠਵਾਲ ਕਬੀਲਾ ਅਸਲੋਂ ਸਮਾ ਕਬੀਲਾ ਦੀ ਨਸਲੋਂ ਹੈ ਔਰ ਜਿਹੜੇ ਵੱਖ ਲੋਕ ਵੱਖ-ਵੱਖ ਗੱਲਾਂ ਕਰਦੇ ਨੇ ਉਹਨਾਂ ਵਿੱਚ ਕਿੰਨਾ ਝੂਠ ਤੇ ਸੱਚ ਹੈ ਇਹ ਸਾਰਾ ਅਸੀਂ ਆਖਰ ਤੇ ਨਤਾਰਾਂਗੇ ਇਸ ਲਈ ਪਿਆਰਿਓ ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਆਖਰ ਤੀਕ ਵਿਖਿਆ ਕਰੋ ਅਸੀਂ ਪਹਿਲਾਂ ਲੋਕਾਂ ਦੇ ਵਿਚਾਰ ਦੱਸਨੇ ਆ ਤੇ ਆਖਰ ਦੇ ਉੱਤੇ ਆਪਣੇ ਵਿਚਾਰ ਦੱਸਨੇ ਆ ਕਿ ਇਸ ਕਬੀਲੇ ਦੇ ਬਾਰੇ ਸਾਡੇ ਕੀ ਵਿਚਾਰ ਨੇ ਸਰ ਡੈਂਜ਼ਲਿ ਬੈਟਸਟਨ ਦੇ ਮੁਤਾਬਕ ਇਹ ਮੁੱਢਲੇ ਤੌਰ ਤੇ ਯਾਨੀ ਇਹ ਜਿਹੜੇ ਅਠਵਾਲ ਨੇ ਇਹ ਮੁਢਲੇ ਤੌਰ ਤੇ ਅੰਬਾਲਾ ਲੁਧਿਆਣਾ ਗਿਲੰਦਰ ਤੇ ਪਟਿਆਲਾ ਦੇ ਨੇੜੇ ਦੇ ਇਲਾਕਿਆਂ ਵਿੱਚ ਮਿਲਦੇ ਨੇ ਪਰ ਜੀ ਇਹ ਦੋਵੇਂ ਨਾਂ ਆਪੋ ਵਿੱਚ ਗੜਮੜ ਨਾ ਹੋਣ ਤਾਂ ਦਿੱਲੀ ਵਿੱਚ ਇਹਨਾਂ ਦੀ ਝੋਖੀ ਆਬਾਦੀ ਹੈ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦਿੱਲੀ ਵਿੱਚ ਵੀ ਠਵਾਲ ਜਿਹੜੇ ਨੇ ਬਹੁਤ ਜ਼ਿਆਦਾ ਵਸਦੇ ਨੇ ਜੋ ਅੰਬਾਲਾ ਵਾਲੀ ਆਬਾਦੀ ਤੋਂ ਵੱਖਰੀ ਜਾਪਦੀ ਹੈ ਯਾਨੀ ਇਹਨਾਂ ਦਾ ਵਿਚਾਰ ਇਹ ਵੇ ਕਿ ਇਹ ਜਿਹੜੀ ਅੰਬਾਲਾ ਵਾਲੀ ਅਬਾਦੀ ਤੋਂ ਇਹ ਜਿਹੜੀ ਵੱਖਰੀ ਜਾਪਦੀ ਹੈ ਅਸਲ ਵਿੱਚ ਇਹ ਵੱਖਰੀ ਹੈ ਨਹੀਂ ਇਲਾਕੇ ਦਾ ਦੀ ਨਿਸ਼ਬਤ ਨਾਲ ਥੋੜਾ ਜਿਹਾ ਆਚਾਰਨ ਦਾ ਫਰਕ ਹੈ ਇਨਾ ਊਠਵਾਲ ਜੱਟਾਂ ਨੂੰ ਸੂਰਜਬੰਦ ਸਿਰਾਜਪੂਤ ਮਹਾਰਾਜਾ ਦੀ ਔਲਾਦ ਦੱਸਿਆ ਜਾਂਦਾ ਜਿਹਨੂੰ ਊਠ ਦੀ ਸਵਾਰੀ ਦੇ ਸ਼ੌਕ ਪਰੋਂ ਊਠਵਾਲ ਦਾ ਲਕਬ ਮਿਲਿਆ ਇਸੇ ਤਜ਼ਕਿਰੀ ਵਿੱਚ ਥੋੜਾ ਅਗੇਰੇ ਜਾ ਕੇ ਊਠਵਾਲ ਦੇ ਸਰਨਾਵੇਂ ਹੇਠ ਲਿਖਿਆ ਹੋਇਆ ਹੈ ਮਿੰਟਗੁਮਰੀ ਵਿੱਚ ਵਾਈ ਜੋਤੀ ਨਾਲ ਜੁੜਿਆ ਇੱਕ ਮੁਸਲਮਾਨ ਕਬੀਲ ਚਾ ਯਾਨੀ ਨਕਾ ਕਬੀਲਾ ਇਸੇ ਕਿਤਾਬੀ ਤਜ਼ਕਿਰੇ ਵਿੱਚ ਊਠਵਾਲ ਨੂੰ ਊਠਵਾਲ ਦੇ ਸਰਨਾਮੇ ਹੇਟ ਵੀ ਲਿਖਿਆ ਗਿਆ ਅਤੇ ਉਸ ਵਿੱਚ ਦੱਸਿਆ ਗਿਆ ਪਈ ਇਹ ਖਾਸ ਕਰ ਪੇਸ਼ੇ ਦੇ لحاظ ਨਾਲ ਵਰਤਿਆ ਜਾਣ ਵਾਲਾ ਲਫ਼ਜ਼ ਹੈ ਅਤੇ ਇਸ ਦਾ ਮਤਲਬ ਬਣਦਾ ਊਠਵਾਲਾ ਅਤੇ ਸ਼ੁੱਤਰਬਾਨ ਅਤੇ ਸਾਰਬਾਨ ਨੂੰ ਵੀ ਇਸੇ ਸਰਨਾਮੇ ਹੇਟ ਲਿਆ ਗਿਆ ਇਹਨਾਂ ਧੂਆਂ ਦਾ ਮਤਲਬ ਵੀ ਬਸ ਊਠ ਵਾਲਾ ਹੀ ਬਣਦਾ ਪਰ ਮਲਕ ਨੂੰ ਬਲੋਚ ਦੇ ਨਾਲ ਗਿਣ ਲਿਆ ਗਿਆ ਕਿਉਂ ਜੇ ਮੁੱਢਲੇ ਪੱਖੋਂ ਊਠ ਸਵਾਰ ਬਲੋਚ ਲਈ ਵਰਤਿਆ ਜਾਂਦਾ ਰਿਹਾ ਹੈ ਵਿਚਾਰ ਲਈ ਸਾਰੇ ਜ਼ਿਲ੍ਹਿਆਂ ਅੰਦਰ ਲਫ਼ਜ਼ ਬਲੋਚ ਕਿਸੇ ਵੀ ਊਠ ਦੇ ਸਵਾਰ ਲਈ ਵਰਤਿਆ ਜਾਂਦਾ ਹੈ ਇਸ ਲਈ ਗਿਣਤੀ ਕਰਦਿਆਂ ਹੋ ਸਕਦਾ ਕਿ ਬਲੋਚਾਂ ਨੂੰ ਵੀ ਊਠਵਾਲ ਦੱਸਿਆ ਗਿਆ ਹੋਵੇ ਅਤੇ ਸਵਾਦਲੀ ਗੱਲ ਤਾਂ ਇਹ ਵੀ ਪਈਏ ਸੂਬਾ ਊਠਵਾਲ ਦੀ ਗਿਣਤੀ ਕਰਦੇ ਆ ਉਹਨਾਂ ਨੂੰ ਬਲੋਚੀ ਸਮਝ ਲਿਆ ਗਿਆ ਇਹ ਇਹ ਹੈ ਇਹਨਾਂ ਦੇ ਜਿਹੜੇ ਟਪਲੇ ਨੇ ਜਿਸਰਾਂ ਦੇ ਕਰਦੇ ਨੇ ਤੇ ਇਹਨਾਂ ਇਲਾਕਿਆਂ ਵਿੱਚ ਇਹਨਾਂ ਨੂੰ ਜੱਟ ਦੱਸਿਆ ਜਾਂਦਾ ਪਰ ਸਿੰਧ ਦਰਿਆ ਉੱਤੇ ਜੱਟ ਵੀ ਉਹਨਾਂ ਥਾਂ ਤੇ ਕੋਈ ਹੋਰ ਮਤਲਬ ਲਿਆ ਵੀ ਨਹੀਂ ਜਾ ਸਕਦਾ ਅੱਗੇ ਅਸੀਂ ਵੇਖਦੇ ਹਾਂ ਕਿ ਪੰਜਾਬ ਕਾਸਟ ਵਿੱਚ ਡੈਂਦ ਲਿਵਸਟਨ ਦੇ ਊਠਵਾਲ ਕਬੀਲੇ ਬਾਰੇ ਸਗਵੀ ਉਹ ਜਾਣਕਾਰੀ ਦਿੱਤੀ ਹੈ ਜੋ ਗਲਾਸਰੀਆਫ ਟ੍ਰਾਈਬ ਦੇ ਵਿਚ ਦਿੱਤੀ ਗਈ ਆ ਜਾਰਸ ਦਾ ਐਂਸ਼ੀਅੰਟ ਰੂਲਰ ਵਿੱਚ ਬੀਐਸ ਦਈਆ ਨੇ ਆਤਵਾਲ ਦੇ ਸਰਨਾਮੇ ਹੇਠ ਇਸੇ ਕਬੀਲੇ ਦੇ ਬਾਰੇ ਲਿਖਿਆ ਆਤਵਾਲ ਕਬੀਲੇ ਦਾ ਜ਼ਿਕਰ ਮਹਾਭਾਰਤ ਦੇ ਸਬਾ ਪ੍ਰਵਾਨ ਵਾਇਉ ਪ੍ਰਾਨ ਤੇ ਮਾਰਕੰਡਿਆ ਪ੍ਰਾਨ ਵਿੱਚ ਆਇਆ ਸਮਦਰ ਗੁਪਤ ਦੇ ਕਤਬਾ ਅਲਾਬਾਦ ਵਿੱਚ ਵੀ ਇਸ ਦਾ ਜ਼ਿਕਰ ਆ ਤੋਕਾ ਦੇ ਨਾਮ ਨਾਲ ਕੀਤਾ ਗਿਆ ਲਫ਼ਜ਼ ਦੇ ਆਖਰ ਤੋਂ ਕਾ ਨੂੰ ਲਾ ਕੇ ਅਸੀਂ ਅਸਲ ਨਾਮ ਆਤਵਾਲ ਤਿਕਰ ਅੱਪੜ ਸਕਦੇ ਆ ਇਹ ਲੋਕ ਬਸ ਪੰਜਾਬ ਵਿੱਚ ਮਿਲਦੇ ਨੇ ਅਤੇ ਗੁਰੂ ਨਾਨਕ ਨੂੰ ਮੰਨਦੇ ਨੇ ਲక్ష్ਮਨ ਬਰੋਕ ਨੇ ਅਤਾਵੀ ਦੇ ਸਰਨਾਵੇਂ ਹੇਠ ਲਿਖਦਿਆਂ ਦੱਸਿਆ ਭਈ ਅਤਾਬੀਕਾ ਉੱਤਰ ਚੜ੍ਹ ਦੇ ਮਧਿਆ ਪ੍ਰਦੇਸ਼ ਵਾਲੇ ਹਿੱਸੇ ਦਾ ਨਾ ਏ ਅਤਾਬੀਕਾ ਦਾ ਜ਼ਿਕਰ ਮਹਾਭਾਰਤ ਵਿੱਚ ਵੀ ਆਉਂਦਾ ਜਿਹਨੂੰ ਸ਼ਾਹ ਦੇਵ ਨੇ ਫਤਿਹ ਕਰਨ ਮਗਰੋਂ ਦੱਖਣ ਵੱਲ ਨੂੰ ਟਿਕ ਦਿੱਤਾ ਸੀ ਜਟਲੈਂਡ ਵਿੱਚ ਵੀ ਦੱਸਿਆ ਗਿਆ ਪੇ ਲਫਜ਼ ਅਤਾਵੀ ਅਠਵਾਲ ਤੋਂ ਹੀ ਨਿਕਲਿਆ ਹੈ ਕੇ ਪੀ ਜੇ ਐਸਵਾਲ ਨੇ ਅਤਾਵੀ ਦੀ شناخت ਬੰਦੇਲਖੰਡ ਤੇ ਚੜਦੇ ਬਗੇਲਖੰਡ ਨਾਲ ਕੀਤੀ ਹੈ ਬਾਹਰਹਿਤ ਦਾ ਪੁਰਾਣਾ ਨਾਂ ਵਰਦਾਵਤੀ ਸੀ ਪਟੋਲਮੀ ਨੇ ਆਪਣੇ ਜਿਓਗ੍ਰਾਫੀ ਵਿੱਚ ਇੱਕ ਸ਼ਹਿਰ ਦਾ ਨਾਂ ਵਰਦਾਵਤੀ ਦੱਸਿਆ ਇਹ ਅਜੈਨ ਤੋਂ ਪਾਟਲੀ ਪੁੱਤਰ ਦੀ ਰਾਹ ਦੇ ਵਿੱਚ ਪੈਂਦਾ ਸੀ ਅਤੇ ਇਕ ਜ਼ਲੰਡਰ ਜਿਹੜਾ ਚੁੰਗਨਹਾਮ ਨੇ ਇਹਨੂੰ ਭਾਰਤ ਆਖਿਆ ਇੱਬਤ ਦੇ ਤੋਲਵਾ ਜੋ ਇੱਕ ਸ਼ਾਕੀਆ ਮੋਮ ਸੀ ਇਹਨੂੰ ਸ਼ਮਿਆਕ ਦਾ ਨਾਮ ਦਿੱਤਾ ਉਹਨੂੰ ਕਪਲਵਸਤੂ ਵਿੱਚੋਂ ਕੱਟ ਦਿੱਤਾ ਗਿਆ ਸੀ ਜੋ ਬਾਗੋ ਵਿੱਚ ਆ ਗਿਆ ਸੀ ਤੇ ਉੱਥੇ ਇੱਕ ਉਹਦਾ ਸਤੂਪਾ ਬਣਾਇਆ ਗਿਆ ਚੁੰਗਨਹਾ ਆਖਦਾ ਹੈ ਭਈ ਉਹ ਬਾਗੋ ਹੀ ਭਾਰਤ ਹੈ ਅਤੇ ਪੁਰਾਣੇ ਲਿਟਰੇਚਰ ਵਿੱਚ ਇਹਦਾ ਜ਼ਿਕਰ ਅਤਾਵੀ ਸੂਬਾ ਦੇ ਨਾਲ ਕੀ ਤੱਕ ਹੈ ਸੰਮੰਦਰ ਗੁਪਤਾ ਨੇ 28 ਦਾ ਉਹਨਾਂ ਯਾਨੀ ਥਾਂ ਨਾਲ ਜ਼ਿਕਰ ਕੀਤਾ ਜਿਨ੍ਹਾਂ ਨੂੰ ਉਸ ਜਿੱਤਿਆ ਸੀ ਕੇਪੀ ਜੈਸਵਾਲ ਵੀ ਇਹੋ ਆਖਦੇ ਨੇ ਭਈ 28 ਨੂੰ ਉਹਨਾਂ ਜਿੱਤਿਆ ਸੀ ਸਿੰਧੀਆ ਜੀਨ ਮਹਾਭਾਰਤ ਕਬੀਲਿਆਂ ਦਾ ਜ਼ਿਕਰ ਕਰਦਾ ਹੈ ਗੱਲ ਜਿਹੜੀ ਹੈ ਉੱਗੜਦੀ ਨਹੀਂ ਭਈ ਮਹਾਭਾਰਤ ਲੜਾਈ ਵਿੱਚ ਉਹ ਕਿਹਦੇ ਵੱਲੋਂ ਹੋ ਕੇ ਲੜੇ ਸਾਂ ਉਹਦੇ ਵਿੱਚ 28 ਸਰਵਾਦਾ ਜ਼ਿਕਰ ਮਿਲਦਾ ਹੈ ਅਤੇ ਵਿਚਕਾਰ ਲਈ ਵਿੰਡੀਆ ਦੇ ਇਲਾਕੇ ਦਾ ਹਵਾਲਾ ਵੀ ਮਿਲਦਾ ਹੈ ਹੋ ਸਕਦਾ ਹੈ ਇਹ ਪੁਰਾਣਾ ਵਾਲਾ ਤੇ ਅਲਾਬਾਦ ਦੇ ਕਤਬੇ ਵਾਲਾ ਹੀ ਉਹਦਾ ਚ ਜ਼ਿਕਰ ਕੀਤਾ ਗਿਆ ਹੋਵੇ ਇਸ ਲਈ ਅਤਾਵੀ ਤੋਂ ਜੱਟ ਗੋਤਰ ਅਠਵਾਲ ਨਾਲ ਉਹਨੂੰ ਸੁਝਾਣਿਆ ਜਾ ਸਕਦਾ ਹੈ ਅਠਵਾਲ 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 ਪੰਜਾਬ ਦੀਆਂ ਜੱਟ ਗੋਤਰਾਵਾਂ ਵਿੱਚੋਂ ਇੱਕ ਕਬੀਲਾ ਅਤੇ ਇਹ ਹਿੰਦੁਸਤਾਨ ਪਾਕਿਸਤਾਨ ਦੇ ਵਿੱਚ ਵਸੇ ਹੋਏ ਨੇ ਇਸ ਕਬੀਲੇ ਦੇ ਲੋਕ ਮੁੱਢਲੇ ਪੱਖੋਂ ਲੈਦੇ ਭਾਰਤ ਵਿੱਚ ਰਹਿੰਦੇ ਨੇ ਇਹ ਗੁਜਰਾਤ ਵਿੱਚ ਵੀ ਵਸਦੇ ਨੇ ਉੱਥੇ ਇਹਨਾਂ ਨੂੰ ਅੰਤਵੀ ਆਖਿਆ ਜਾਂਦਾ ਹੈ ਅਤੇ 20ਵੀਂ ਸਦੀ ਵਿੱਚ ਪੂਰੀ ਦੁਨੀਆ ਦੇ ਵਿੱਚ ਜਾ ਵਸਣ ਵਾਲਾ ਇਹ ਕਬੀਲਾ ਅਸਲੋਂ ਪੰਜਾਬ ਦੀ ਦੁਆਬਾ ਜੂ ਵਿੱਚ ਸ਼ੰਕਰ ਅਤੇ ਹਕੀਮ ਪੁਰਾਦੇ ਇਹ ਵਾਸੀ ਸਨ ਗ੍ਰੇਟ ਠਵਾਲ ਜੱਟ ਵਿਰਸਾ ਵਿੱਚ ਡਾਕਟਰ ਬਖਸ਼ੀਸ਼ ਸਿੰਘ ਨੱਜਰ ਹੋਰਾਂ ਜਿਹੜੀ ਖੋਜ ਕਾ ਖੋਜ ਕੀਤੀ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਸਨ ਇਹ ਜਿਹੜੀ ਜਾਣਕਾਰੀ ਹੈ ਸਾਨੂੰ ਸਖਵੀਰ ਠਵਾਲ ਨੇ ਚੜ੍ਹਦੇ ਪੰਜਾਬੋਂ ਜਲੰਧਰ ਤੋਂ ਦਿੱਤੀ ਕਿ ਠਵਾਲ ਜੱਟ ਮਹਾਭਾਰਤ ਤੋਂ ਵੀ ਵਸਦੇ ਜੱਟ ਕਬੀਲਿਆਂ 'ਚੋਂ ਬੜਾ ਹੀ ਪੁਰਾਣਾ ਤੇ ਨਾਮੀ ਕਬੀਲਾ ਹੈ ਇਹਨਾਂ ਦਾ ਮੋਢੀ ਇਟ ਵਿਕਾ ਜਾਂ ਇਹ ਟੂ ਇਟ ਵਿਸ਼ਵਰ ਪ੍ਰਦੇਸ਼ ਦਾ ਮਹਾਰਾਜ ਸੀ ਇਹ ਰਾਜ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਵਿੱਚ ਗਾਜ਼ੀਪੁਰ ਤੋਂ ਜਬਲਪੁਰ ਤੱਕ ਅਤੇ ਇਸ ਦੇ ਆਲੇ ਦੁਆਲੇ ਦੇ ਬਹੁਤ ਵੱਡੇ ਇਲਾਕੇ ਵਿੱਚ ਫੈਲਿਆ ਹੋਇਆ ਸੀ ਇਹ ਮੁੱਢ ਤੋਂ ਹੀ ਊਠ ਰਖੰਦੇ ਸ਼ਕੀਨ ਸਨ ਅਤੇ ਇਹਨਾਂ ਨੂੰ ਊਠਾਂ ਵਾਲਾ ਜੱਟ ਕਬੀਲਾ ਆਖਿਆ ਜਾਂਦਾ ਸੀ ਜਿਉ ਮਗਰੋਂ ਉਠਾਂ ਵਾਲੇ ਸਰਦਾਰਾਂ ਦੇ ਨਾਂ ਨਾਲ ਮਸ਼ਹੂਰ ਹੋ ਗਏ ਅਤੇ ਮੋੜ ਅਠਵਾਲ ਸਿਧਾਨ ਲੱਗ ਪਏ ਅਟਵਾਲ ਅਠਵਾਲ ਅਟਾਲ ਅਫਟਾਲ ਤੇ ਅਦਵਾਲ ਵਰਗੇ ਕਈਆਂ ਨਾਵਾਂ ਨਾਲ ਇਹ ਜੱਟ ਜਿਹੜੇ ਨੇ ਜਾਣੇ ਜਾਂਦੇ ਨੇ ਇਹ ਲੜਾਈ ਝਗੜੇ ਨੂੰ ਚੰਗਾ ਸਮਝਦੇ ਨੇ ਤੇ ਅਨਖੀ ਤੇ ਮਿਹਨਤੀ ਲੋਕ ਨੇ ਅਠਵਾਲ ਇੰਡੀਆ ਵਿੱਚ ਗੁਜਰਾਤ ਪੰਜਾਬ ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਸ਼ਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ ਤੇ ਕਰਨਾਟਕ ਵਿੱਚ ਦੂਰ ਦੂਰ ਤੱਕ ਵਸਦੇ ਨੇ। ਪਾਕਿਸਤਾਨ ਵਿੱਚ 라ਵਲਪਿੰਡੀ, ਮਲਤਾਨ, ਸਰਗੋਦਾ, ਫੈਸਲਾਬਾਦ, ਸਾਈਵਾਲ, ਤੋਬਾ ਟੇਕ ਸਿੰਘ ਵਰਗੇ ਇਲਾਕਿਆਂ ਵਿੱਚ ਵਸਦੇ ਨੇ। ਇਹ ਹਿੰਦੂ, ਮੁਸਲਮਾਨ, ਸਿੱਖ ਤੇ ਈਸਾਈ ਸਾਰੇ ਧਰਮਾਂ ਵਿੱਚ ਪਾਏ ਜਾਂਦੇ ਨੇ। ਸ਼ਹੀਦ ਭਗਤ ਸਿੰਘ ਨਗਰ ਤੇ ਜਲੰਧਰ ਜ਼ਿਲ੍ਹੇ ਅੰਦਰ ਮਰਾਲਾ, ਖੁਰਦਪੁਰ, ਆਦਮਪੁਰ ਰੱਟੀ ਅੱਟੀ ਤੇ ਚੱਟੀ ਇਹਨਾਂ ਦੇ ਦੋ ਆਬਾਦ ਖੇਤਰਾਂ ਦੇ ਮੋਢੀ ਪਿੰਡ ਨੇ ਤੇ ਫੇਰ ਅਠਵਾਲਾਂ ਦੇ ਮਤਲਬ ਇੱਕ ਕੋਲ ਇਥੇ ਇਸ ਜੂ ਦੇ ਵਿੱਚ 77 ਪਿੰਡਾਂ ਦੀ ਚੌਧਰ ਇਹਨਾਂ ਪਿੰਡਾਂ ਦੇ ਕੋਲ ਤੇ 20 ਪੰਡਾਂ ਪਿੰਡਾਂ ਦੀ ਮਾਲੀਆ ਜਿਹੜਾ ਨਾ ਉਹਦੀ ਵੀ ਚੌਧਰ ਉਥੇ ਇਹਨਾਂ ਦੇ ਕੋਲ ਹੈ ਸ਼ਹੀਦ ਭਗਤ ਸਿੰਘ ਨਗਰ ਤੇ ਜਲੰਧਰ ਵਿੱਚ 80 ਪਿੰਡਾਂ ਅੰਦਰ ਵਸਦੇ ਨੇ ਅਤੇ ਚੜਦੇ ਔਰ ਸਾਰੇ ਜ਼ਿਲ੍ਹਿਆਂ ਅੰਦਰ ਅਠਵਾਲ ਜੱਟ ਵਸਦੇ ਨੇ ਗੁਰਦਾਸਪੁਰ ਵਿੱਚ ਪੰਜਾਂ ਪਿੰਡਾਂ ਦਾ ਨਾਂ ਅਠਵਾਲ ਏ ਅਮਰਸਰ ਵਿੱਚ ਚਾਰ ਪਿੰਡਾਂ ਦਾ ਨਾਂ ਅਠਵਾਲ ਏ ਹਾਰਪੁਰ ਵਿੱਚ ਅਠਵਾਲ ਨਾਂ ਦੇ ਦੋ ਪਿੰਡ ਨੇ ਦੋ ਪਿੰਡ ਗੜਸ਼ੰਕਰ ਵਿੱਚ ਨੇ ਇੱਕ ਪਿੰਡ ਲੁਧਿਆਣੇ ਵਿੱਚ ਇੰਜ ਰਾਜਸਥਾਨ ਤੀਕਰ ਹਰ ਜ਼ਿਲ੍ਹੇ ਅੰਦਰ ਅਠਵਾਲ ਵਸੇ ਹੋਏ ਨੇ ਉਹਨਸੀ ਠਵਾਲ ਜੱਟ ਕਬੀਲੇ ਬਾਰੇ ਮੀਰਪੁਰ ਮਥੇਲਾ ਸਿੰਧ ਤੋਂ ਆਰੀਆ ਡਾਕਟਰ ਲਾਲ ਬਖਸ਼ ਨਾਇਕ ਮੱਲੀ ਜਾਟੋਰਾ ਵੱਲੋਂ ਮਿਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੇ ਆ ਡਾਕਟਰ ਸਾਹਿਬ ਉਹਨਾਂ ਨੇ ਦੱਸਿਆ ਵੀ حضرت ਆਦਮ ਤੋਂ ਅੱਗੇ ਇੱਕ ਲੰਮਾ ਚੌੜਾ ਸ਼ਿਜਰਾ ਛੱਡ ਕੇ ਅੱਗੇ حضرت ਨੂਹ ਹੋਰਾਂ ਦੇ ਪੁੱਤਰ ਸ਼ਾਮ ਦੀ ਔਲਾਦ ਏਸ਼ੀਆ ਵਿੱਚ ਵਸੀ ਹੋਈ ਨਜ਼ਰ ਆਉਂਦੀ ਹੈ ਉਹਨਾਂ ਦੇ ਪੁੱਤਰ ਹੋਏ ਅਰਫਾ ਅਰਫਖਾ ਸਿੰਧ ਈਸ਼ਵਰ ਆਰਾਮ ਇਲਾਮ ਬਲਕਾਨ ਲੂਦ ਕਨਾਨ ਸਮਾਨ ਲਾਵਰ ਤੇ ਅਸਵਰ ਇਹ ਸਾਰੇ ਨਾਂ ਸਾਮੀ ਦਵਾਂਦੇ ਨੇ ਹਰਫਖਾ Sindh ਦਾ ਇਸ ਇਲਾਕੇ ਦੀ ਪੁਰਾਣੀ ਜ਼ੁਬਾਨ ਸੁਰਿਆਨੀ ਵਿੱਚ ਨਾਂ ਸਿੰਦੇ ਅਤੇ ਈਸ਼ਵਰ ਦਾ ਨਾਂ ਪੁਰਾਣੀ ਸੁਰਿਆਨੀ ਜਟਕੀ ਜ਼ੁਬਾਨ ਵਿੱਚ ਹਿੰਦੇ ਇੰਜੀ ਇਲਾਮ ਦਾ ਨਾਂ ਸੁਰਿਆਨੀ ਵਿੱਚ ਅਰਬ ਹੈ ਤੇ ਲੋਦ ਦਾ ਨਾਂ ਰੋਮ ਅਤੇ ਲਾਵਰ ਦਾ ਨਾਂ ਕਿਊਮਰਸ ਹੈ ਤੇ ਕਨਿਆਨ ਦਾ ਨਾਂ ਕੀ ਕਾਨ ਰੱਖਿਆ ਗਿਆ ਅਤੇ ਆਰਾਮ ਦਾ ਨਾਮ ਆਰਮੀਨੀਆ ਰੱਖਿਆ ਗਿਆ ਉਸ ਵੇਲੇ ਇਸ ਧਰਤੀ ਨੂੰ ਸਿੰਧ ਵਿਲਾਇਤ ਅਤੇ ਜੱਟ ਦੇਸ਼ ਆਖਿਆ ਜਾਂਦਾ ਸੀ ਅੱਗੋਂ ਅਰਫਖਾ ਸਿੰਧ ਦੇ ਘਰ ਪੁੱਤਰ ਹੋਏ ਸਖਰ ਭਖਰ ਠੱਟਾ ਹੰਡ ਸਵਾਬੀ ਜਿਹਨੂੰ ਆਖਦੇ ਡਾਗਰ ਇਹ ਗੈਰ ਆਰੀਆਈ نسل نسل ਹੈ ਯਾਨੀ ਜਿਹੜੀ ਡਾਗਰ ਹੈ ਨਾ ਇਹ ਗੈਰ ਆਰੀਆਈ نسل ਹੈ ਅ ਅੱਗੇ ਮੁਕਰਾਨ ਕਰਮਾਨ ਗਦੂਰਸ਼ਾ ਜਿਹਦਾ ਦੂਜਾ ਨਾਮ ਗਵਾਦਰ ਹੈ ਸਿਸਲਾਕਾ ਸਿਸਤਾਨ ਖੁਜ਼ਦਾਰ ਜਲੂਦਰ ਤੇ ਲੌਜ਼ਰ ਅਗੋਂ ਲੌਜ਼ਰ ਦੇ ਘਰ ਪੁੱਤਰ ਜੰਮਿਆ ਛੁਟਾ ਤੇ ਛੁਟੇ ਦਾ ਪੁੱਤਰ ਸੀ ਮਹਾਸਰ ਮਹਾਸਰ ਦਾ ਪੁੱਤਰ ਫੇਰ ਛੁਟਾ ਛੁਟੇ ਦਾ ਪੁੱਤਰ ਹੋਇਆ ਆਸਕਾ ਆਸਕੇ ਦਾ ਪੁੱਤਰ ਹੋਇਆ ਸਮੂਦ ਸਮੂਦ ਦਾ ਮੈਨਾ ਚਟਾਨ ਹੁੰਦਾ ਜਿਹਦਾ ਕੁਰਾਨ ਚ ਵੀ ਜ਼ਿਕਰ ਹੈ ਆਦ ਤੇ ਸਮੂਦ ਕਬੀਲੇ ਅਗੋਂ ਸਮੂਦ ਦੇ ਪੁੱਤਰ ਹੋਏ ਸਮਾ ਆਸ حضرت ਸਾਲੇ ਹਰੀ ਸਮੂਦ ਦੀ ਕੌਮ ਦੇ ਨਬੀ ਹੋਏ ਨੇ ਅਤੇ ਉਹਨਾਂ ਉੱਤੇ ਬਸ 120 ਬੰਦਿਆਂ ਨੇ ਇਮਾਨ ਲਿਆਂਦਾ ਸੀ حضرت ਸਾਲੇ علیہ ਅਸਲਾਮ ਉੱਤੇ ਮਤਲਬ ਸਮੂਦ ਕੌਮ ਦੇ ਵਿੱਚੋਂ ਸਿਰਫ 120 ਬੰਦਿਆਂ ਇਮਾਨ ਲਿਆਂਦਾ ਸੀ ਉਹਨਾਂ 120 ਬੰਦਿਆਂ ਦੀ ਔਲਾਦ ਜਿਹੜੀ ਹੈ ਉਹ ਸਮਾ ਸਦਾਂਦੀ ਹੈ ਅਤੇ ਉਹਨਾਂ ਕਬੀਲਿਆਂ ਵਿੱਚ ਉਹਨੜ ਜਿਹੜੇ ਮਸ਼ਹੂਰ ਮਸ਼ਹੂਰ ਕਬੀਲੇ ਨੇ ਉਹਨੜ ਡੇਰਾ ਰਾਜੀਰ ਦਰੀਸ ਥੀਬਾ ਪਲੀ ਲਾਕਾ ਯੂਨਾ ਜਿਨੇਜਾ ਜਿਹਨੂੰ ਜਿਨੇਜੋ ਵੀ ਆਖਦੇ ਨੇ ਸਿੰਧੀ ਚ ਖਦੀਰਾ ਰਾਹੂ ਬੰਬਰਿਆਲ ਧਮਾਚ ਨਾਰੀਜਾ ਮੰਬੀਜਾ ਸਮੀਜਾ ਇਹ ਸਮੀਜਾ ਜੀ ਜਿਨ੍ਹਾਂ ਦੀ ਨਸਲਾਂ ਬਹੁਤ ਬੜੇ ਇਹ ਨਾਮੀ ਬੰਦੇ حضرت امام ابو ਹੁਨੀਫਾ ਹੋਏ ਨੇ ਇਹ ਜਿਨ੍ਹਾਂ ਦੇ ਮੁਤਲਕ ਮੁਖਲਿਫ ਤਜ਼ਕਿਰਾਂ ਵਿੱਚ ਦੱਸਿਆ ਜਾਂਦਾ ਕੋ ਜੱਟ ਸਨ ਤੇ ਅਸੀਂ ਤੁਹਾਨੂੰ ਪਹਿਲੀ ਦਫਾ ਦੱਸ ਰਹੇ ਹਾਂ ਕਿ ਉਹ ਸਮੀਜਾ ਯਾਨੀ ਸਮਾ ਕਬੀਲੇ ਦੀ ਨਸਲੋਂ ਸਮੀਜਾ ਦੀ ਨਸਲੋਂ ਅੱਗੇ ਹੋਏ ਅਗਲਾ ਪੁੱਤਰ ਸੀ ਉਠਵਾਲ ਓਠੀ ਓਠਾ ਰਾਜੜ ਦੀਪਰ ਗੱਥਾ ਭਾਇਆ ਕਪਤਾਨ ਸਮਾਤਰ ਕੋਰੀਜਾ ਜੋਖੀਆ ਜੋਗੀ ਰੋਂਜਾ ਕੇਰੀਆ ਲਖਬੀਰ ਚੁੰਨੜ ਕੁੰਨੜ ਖਿੰਜਣ ਭੇਨਸੀਨ ਹੰਗੂਰਾ ਨਜੀਰ ਸਾਇਰੀਆ ਲਖੀਰ ਸਮਤ ਭੰਗਰ ਰਾਮੂ ਏਰੀ ਮੰਗਰੀਆ ਜਗਸੀ ਜਸੀਰ ਲੂੜੀ ਤੇ ਸੋਡਾ ਹੋਰ ਵੀ ਬਹੁਤ ਸਾਰੇ ਜਿਹੜੇ ਕਬੀਲੇ ਸਨ ਨਾ ਜੀ ਉਹਨਾਂ ਦੀ ਜਿਹੜੀ ਇਹ ਨਸਲ ਜਿਸ ਤਰ੍ਹਾਂ ਦੱਸਿਆ ਕਿ 120 ਬੰਦਿਆਂ ਦੀ ਜਿਹੜੀ ਔਲਾਦ ਹੈ ਉਹ ਸਮਾ ਸਦਾਂਦੀ ਹੈ ਤੇ ਇਹ ਸਾਰੇ ਕਬੀਲਿਆਂ ਦੇ ਵਿੱਚੋਂ ਹੋਏ ਇਹਨਾਂ ਤੋਂ ਅੱਧ ਵੀ ਹੋਰ ਕਈ ਸਮਾ ਜਾਟ ਕਬੀਲੇ ਦੀਆਂ ਸ਼ਾਖਾਂ ਨੇ ਅੱਗੋਂ ਸਮਾ ਦੀ ਨਸਲਾਂ ਉਠਵਾਲ ਦੇ ਘਰ ਪੁੱਤਰ ਹੋਏ ਅਨੂਪਾਲ ਅਪਵਾਲ ਸਮਾਗਰ ਤੇ ਸਮਗਰ ਇਹ ਇਹਦੇ ਪੁੱਤਰ ਸਨ ਅਠਵਾਲ ਦੇ अनुपाल उमरकोट ਤੇ ਥਰਪਾਰਕਰ ਦੇ ਇਲਾਕੇ ਵਿੱਚ ਵਸਦੀ ਉਹਦੀ نسل ਅਪਵਾਲ ਕਬੀਲਾ ਹైదరాబాద్ ਤੇ ਲਾੜਕਾ ਨੇ ਹਤੀਰਸ ਦੇ ਹਾਲੇ ਦਵਾਲੇ ਵਿੱਚ ਵਸਦਾ ਸਮਾਗਰ ਕਬੀਲਾ ਖੈਰਪੁਰ ਤੇ ਨਵਾਬਸ਼ਾਹੀ ਜੂਏ ਵਸਦਾ ਹੈ ਲਾੜਕਾ ਨੇ ਦੇ ਨੇੜੇ ਓਠਾ ਚੌਕ ਇਸ ਕਬੀਲੇ ਦੀ ਹੋਂਦ ਦਾ ਇੱਕ ਪੱਕਾ ਪੂੜਾ ਸਬੂਤ ਹੈ ਔਰ ਇਹ ਤੋਂ ਅੱਧ ਲੈnde ਪੰਜਾਬ ਵਿੱਚ ਗੁਜਰਾਤ ਗੁਜਰਾਵਾਲਾ ਵਿੱਚ ਠਵਾਲ ਜੱਟਾਂ ਦੀ ਢੇਰ ਗਿਣਤੀ ਵਸਦੀ ਏ ਜੈਕਬਾਬਾਦ ਦੇ ਕਿਸ ਕਬੀਲੇ ਦੇ ਪਿੰਡਾਂ ਦੇ ਪਿੰਡ ਵਸਦੇ ਨੇ ਦੱਖਣੀ ਪੰਜਾਬ ਵਿੱਚ ਇਹਨਾਂ ਦੀ ਢੇਰ ਗਿਣਤੀ ਵਸਦੀ ਏ ਔਰ ਵਜ਼ੀਰਸਤਾਨ ਦੇ ਇਲਾਕੇ ਵਿੱਚ ਵੀ ਇਹਨਾਂ ਦੀ ਚੋਖੀ ਗਿਣਤੀ ਵਸਦੀ ਏ ਤੋਂ ਪਿਆਰਿਓ ਇਹ ਸੀ ਤੁਹਾਡੇ ਨਾਲ ਜ਼ਿਕਰ ਠਵਾਲ ਕਬੀਲੇ ਦਾ ਜਿਹਦੇ ਕਈ ਨਾਂ ਨੇ ਠਵਾਲ ਊਠਵਾਲ ਊਂਟਵਾਲ ਆਤਵਾਲ ਇਹ ਅਸਲ ਵਿੱਚ ਇੱਕੋ ਹੀ ਜੱਟਾਂ ਦਾ ਕਬੀਲਾ ਹੈ ਜਿਹਦੇ ਪਿਛੋਕੜ ਬਾਰੇ ਤੁਹਾਡੇ ਨਾਲ ਗੱਲ ਹੋਈ ਜਿਉਂਦੇ ਵਾਸੇ ਰਵੋ ਇਹਦੇ ਨਾਲ ਹੀ ਇਸ਼ਾਨ ਬਾਜਵਾ ਨੂੰ ਇਜਾਜ਼ਤ ਦਿਓ ਤੁਹਾਡੇ ਨਾਲ ਮਿਲਨੇ ਆ ਜੱਟ ਕਬੀਲੇ ਦੀ ਕਿਸੇ ਨਵੀਂ ਵੀਡੀਓ ਨਾਲ